ਹਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਜ਼ੂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਬੀਜਿੰਗ ਵੱਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿੱਚ ਵੀ ਚੀਨ ਦੇ ਸਮਾਨ ਦੀ ਬਾਈਕਾਟ ਦੀ ਜ਼ੋਰਦਾਰ ਮੰਗ ਉੱਠਣ ਲੱਗ ਪਈ ਹੈ। ਐਂਗਸ ਰੀਡ ਇੰਸਟੀਟਿਊਟ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਚੀਨ ਨਾਲ ਕਈ ਵਿਵਾਦਾਂ ਵਿਚਕਾਰ ਕੈਨੇਡੀਅਨਾਂ ਨੇ ਚੀਨੀ ਸਮਾਨ ਦੇ ਬਾਈਕਾਟ ਦਾ ਭਾਰੀ ਸਮਰਥਨ ਕੀਤਾ ਹੈ। ਪੋਲ ਮੁਤਾਬਿਕ ਕੈਨੇਡੀਅਨ $2.56 ਬਿਲੀਅਨ ਦੇ ਚੀਨ ਵੱਲੋਂ ਬਣਾਏ ਕੱਪੜੇ ਖਰੀਦਦੇ ਹਨ ਅਤੇ ਇਸ ਦੇ ਨਾਲ ਹੀ $1.83 ਬਿਲੀਅਨ ਦਾ ਇਲੈਕਟ੍ਰੋਨਿਕ ਅਤੇ ਹੋਰ ਸਮਾਨ ਖਰੀਦਦੇ ਹਨ। ਸਰਵੇਖਣ ਮੁਤਾਬਿਕ 50% ਕੈਨੇਡੀਅਨ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਥਿਤੀ ਨੂੰ ਸਹੀ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਨਾਲ ਹੀ 72% ਲੋਕਾਂ ਦਾ ਕਹਿਣਾ ਹੈ ਕਿ ਹਵਾਵੇ ਦੀ ਵਿੱਤ ਅਧਿਕਾਰੀ ਦੀ ਕਿਸਮਤ ਦਾ ਫੈਸਲਾ ਕੈਨੇਡਾ ਦੇ ਕਾਨੂੰਨ ਪ੍ਰਬੰਧ ਤੇ ਛੱਡ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਵਾਵੇ ਕੰਪਨੀ ਦੇ ਫਾਊਂਡਰ ਦੀ ਧੀ ਮੇਂਗ ਨੂੰ ਕੈਨੇਡਾ ਨੇ December 2018 ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਚੀਨ ਨੇ ਵੀ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹ 18 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਹੁਣ ਚੀਨ ਨੇ ਉਹਨਾਂ ਤੇ ਜਾਸੂਸੀ ਦਾ ਦੋਸ਼ ਲਾਇਆ ਹੈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ। ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹੋਣ ਤੋਂ ਪਿੱਛੋਂ ਮੈਨੀਟੋਬਾ ਦੇ ਬ੍ਰੈਂਡਨ ਓਕਵਿਊ ਦੀ ਗ੍ਰਾਮੀਣ ਨਗਰ ਪਾਲਿਕਾ ਨੇ ਐਮਰਜੈਂਸੀ ਸਥਿਤੀ ਐਲਾਨੀ ਹੈ। ਓਕਨਦੀ, ਕਾਰਲੇ, ਰੈਪਿਡ ਸਿਟੀ ਅਤੇ ਵਾਸਵੁੱਡ ਗ੍ਰਾਮੀਣ ਨਗਰ ਪਾਲਿਕਾ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਕਿਹਾ ਹੈ ਕਿ ਜਿੰਨਾ ਸੰਭਵ ਹੋ ਸਕੇ ਘਰਾਂ ਵਿੱਚ ਹੀ ਰਹੋ ਕਿਉਂਕਿ ਭਾਰੀ ਬਾਰਿਸ਼ ਕਾਰਨ ਇਲਾਕਿਆਂ ਦੀਆਂ ਸੜਕਾਂ ਦਾ ਵਿਆਪਕ ਨੁਕਸਾਨ ਹੋਇਆ ਹੈ। ਮੌਸਮ ਵਿਗਿਆਨੀ ਬ੍ਰੈਡ ਬਰੂਲਿਚਕ ਨੇ ਦੱਸਿਆ ਕਿ ਬ੍ਰੈਂਡਨ ਵਿੱਚ ਪਿਛਲੇ ਦਿਨ ਤਕਰੀਬਨ 140 ਮਿਲੀਲੀਟਰ ਬਾਰਿਸ਼ ਅਤੇ ਮਿਨੀਡੋਸਾ ਵਿੱਚ 153 ਮਿਲੀਲੀਟਰ ਬਾਰਿਸ਼ ਹੋਈ ਹੈ। ਪੱਛਮੀ ਮੈਨੀਟੋਬਾ ਵਿੱਚ 2 ਜਾਂ 3 ਵਾਰ ਤੂਫਾਨ ਕਾਰਨ ਵੀ ਇਲਾਕੇ ਵਿੱਚ ਕਈ ਜਗ੍ਹਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਸੋਮਵਾਰ ਰਾਤ ਨੂੰ ਦੱਖਣੀ ਪੱਛਮੀ ਮੈਨੀਟੋਬਾ ਵਿੱਚ ਫਿਰ ਤੂਫਾਨ ਹਨੇਰੀ ਚੱਲਣ ਦੀ ਸੰਭਾਵਨਾ ਜਤਾਈ ਹੈ। ਬ੍ਰੈਂਡਨ ਪੁਲਿਸ ਦਾ ਕਹਿਣਾ ਹੈ ਕਿ ਭਾਰੀ ਬਾਰਿਸ਼ ਅਤੇ ਤੂਫਾਨ ਕਾਰਨ ਗਲੀਆਂ, ਸੜਕਾਂ ਪਾਣੀ ਨਾਲ ਭਰਨ ਨਾਲ ਕਈ ਵਾਹਨ ਪਾਣੀ ਵਿੱਚ ਫਸੇ ਰਹੇ। ਹੜ੍ਹ ਅਤੇ ਸੜਕਾਂ ਦੇ ਪਾਣੀ ਖੜ੍ਹੇ ਹੋਣ ਕਾਰਨ ਟਰਾਂਸ ਕੈਨੇਡਾ ਹਾਈਵੇ 10-25 ਅਤੇ ਮੈਨੀਡੋਸਾ ਤੋਂ ਹਾਈਵੇ 45 ਬੰਦ ਹਨ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ। ਹਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਜ਼ੂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਬੀਜਿੰਗ ਵੱਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿੱਚ ਵੀ ਚੀਨ ਦੇ ਸਮਾਨ ਦੀ ਬਾਈਕਾਟ ਦੀ ਜ਼ੋਰਦਾਰ ਮੰਗ ਉੱਠਣ ਲੱਗ ਪਈ ਹੈ। ਐਂਗਸ ਰੀਡ ਇੰਸਟੀਟਿਊਟ ਪੋਲ ਵਿੱਚ ਸਾਹਮਣੇ ਆਇਆ ਹੈ ਕਿ ਚੀਨ ਨਾਲ ਕਈ ਵਿਵਾਦਾਂ ਵਿਚਕਾਰ ਕੈਨੇਡੀਅਨਾਂ ਨੇ ਚੀਨੀ ਸਮਾਨ ਦੇ ਬਾਈਕਾਟ ਦਾ ਭਾਰੀ ਸਮਰਥਨ ਕੀਤਾ ਹੈ। ਪੋਲ ਮੁਤਾਬਿਕ ਕੈਨੇਡੀਅਨ $2.56 ਬਿਲੀਅਨ ਦੇ ਚੀਨ ਵੱਲੋਂ ਬਣਾਏ ਕੱਪੜੇ ਖਰੀਦਦੇ ਹਨ ਅਤੇ ਇਸ ਦੇ ਨਾਲ ਹੀ $1.83 ਬਿਲੀਅਨ ਦਾ ਇਲੈਕਟ੍ਰੋਨਿਕ ਅਤੇ ਹੋਰ ਸਮਾਨ ਖਰੀਦਦੇ ਹਨ। ਸਰਵੇਖਣ ਮੁਤਾਬਿਕ 50% ਕੈਨੇਡੀਅਨ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਥਿਤੀ ਨੂੰ ਸਹੀ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਨਾਲ ਹੀ 72% ਲੋਕਾਂ ਦਾ ਕਹਿਣਾ ਹੈ ਕਿ ਹਵਾਵੇ ਦੀ ਵਿੱਤ ਅਧਿਕਾਰੀ ਦੀ ਕਿਸਮਤ ਦਾ ਫੈਸਲਾ ਕੈਨੇਡਾ ਦੇ ਕਾਨੂੰਨ ਪ੍ਰਬੰਧ ਤੇ ਛੱਡ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਵਾਵੇ ਕੰਪਨੀ ਦੇ ਫਾਊਂਡਰ ਦੀ ਧੀ ਮੇਂਗ ਨੂੰ ਕੈਨੇਡਾ ਨੇ December 2018 ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਚੀਨ ਨੇ ਵੀ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹ 18 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਹੁਣ ਚੀਨ ਨੇ ਉਹਨਾਂ ਤੇ ਜਾਸੂਸੀ ਦਾ ਦੋਸ਼ ਲਾਇਆ ਹੈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।